ਗਾਈਸ, ਅੱਜ ਅਸੀਂ ਫਾਰਮਿੰਗ ਦੇ ਵਿੱਚ ਸੁਹਾਗਾ ਮਾਰ ਰਹੇ ਹਾਂ ਅਤੇ ਗਾਰਲੀਅਕ ਅਤੇ ਓਨੀਅਨ ਅਸੀਂ ਬੀਜਣਾ ਹੈ, ਤਾਂ ਕਰਕੇ ਅਸੀਂ ਜੋ ਹੈ ਉਹ ਇੱਕ ਜ਼ਮੀਨ ਨੂੰ ਸ਼ਾਨਦਾਰ ਤਰੀਕੇ ਨਾਲ ਉਪਜਾਊ ਅਤੇ ਫਰਟਾਈਲ ਬਣਾ ਰਹੇ ਹਾਂ ਵਿੱਚ ਖਾਦ ਖੂਦ ਪਾ ਕੇ। ਸੋ ਗਾਈਜ਼, ਅੱਜ ਤੁਸੀਂ ਦੇਖੋਗੇ ਸਾਡਾ ਘੈਂਟ। ਸੋ ਹੈਲੋ ਗਾਈਜ਼, ਅੱਜ ਅਸੀਂ ਫਾਰਮਿੰਗ ਦੇ ਵਿੱਚ ਜਿਹੜਾ ਹੈ ਉਹ ਸੁਹਾਗਾ ਮਾਰ ਰਹੇ ਹਾਂ ਅਤੇ ਫਾਰਮਿੰਗ ਦਾ ਮੈਨੂੰ ਬਹੁਤ ਹੀ ਸ਼ੌਂਕ ਹੈ ਅਤੇ ਅੱਜ ਅਸੀਂ ਜਿਹੜੀ ਫਾਰਮਿੰਗ ਕਰ ਰਹੇ ਹਾਂ ਉਹ ਗਾਰਲੀਅਕ ਅਤੇ ਓਨੀਅਨ ਬੀਜ ਰਹੇ ਹਾਂ ਅਤੇ ਉਹਦੇ ਲਈ ਅਸੀਂ ਜ਼ਮੀਨ ਤਿਆਰ ਕਰ ਰਹੇ ਹਾਂ ਵਿੱਚ ਗੋਬਰ ਦੀ ਖਾਦ ਪਾ ਕੇ ਅਤੇ ਵਿੱਚ ਜਿਹੜੀ DAP ਯੂਰੀਆ ਉਹ ਤਾਂ ਅਸੀਂ ਬਾਅਦ 'ਚ ਪਾਵਾਂਗੇ ਅਤੇ ਅੱਜ ਅਸੀਂ ਸੁਹਾਗਾ ਮਾਰ ਕੇ ਜ਼ਮੀਨ ਨੂੰ ਜਿਹੜਾ ਹੈ ਉਹ ਇੱਕ ਸ਼ਾਨਦਾਰ ਤਰੀਕੇ ਨਾਲ ਤਿਆਰ ਕਰ ਰਹੇ ਹਾਂ। ਸੋ ਗਾਈਜ਼, ਦੇਖੋ ਹੁਣ ਤੁਸੀਂ। ਨਵੇਂ ਜਿਹੜੇ ਉੱਠਦੇ ਫੈਨ ਸਾਡੀ ਲੁੱਕ ਦੇ ਕਰਦੇ ਨਾ ਕਾਪੀ ਕਿਸੇ ਸਟਾਰ ਦੀ। ਹੋ ਨਵੇਂ ਜਿਹੜੇ ਉੱਠਦੇ ਫੈਨ ਸਾਡੀ ਲੁੱਕ ਦੇ ਕਰਦੇ ਨਾ ਕਾਪੀ ਕਿਸੇ ਸਟਾਰ ਦੀ। ਹੋ ਦਿਲਾਂ ਉੱਤੇ ਛਾਪ ਜਹੀ ਛੱਡ ਜਾਂਦੇ ਆ ਲੰਘੇ ਜੈਗਵਾਰ ਜੈਂਦੀ ਆਰਤੀ। ਹੋ ਬੂਟ ਕੱਟ ਪਾਉਣੇ ਆ ਨਜ਼ਰਾਂ ਚ ਆਉਣੇ ਆ ਵਿੰਟੇਜ ਲੁੱਕ ਤੇਰੇ ਯਾਰ ਦੀ। ਹੋ ਬੂਟ ਕੱਟ ਪਾਉਣੇ ਆ ਨਜ਼ਰਾਂ ਚ ਆਉਣੇ ਆ। ਅੱਜ ਬਹੁਤ ਇੰਜੋਏ ਆ ਰਿਹਾ ਫਾਰਮਿੰਗ ਕਰਕੇ, ਅਸੀਂ ਸੁਹਾਗਾ ਮਾਰ ਰਹੇ ਹਾਂ ਅਤੇ ਬਹੁਤ ਹੀ ਸੋਹਣਾ ਸੁਹਾਗਾ ਲੱਗ ਰਿਹਾ। ਅਤੇ ਗਾਈਜ਼, ਹੁਣ ਅਸੀਂ ਖਾਵਾਂ ਪੀਵਾਂ ਕੁਝ ਅਤੇ ਗਾਈਜ਼ ਅੱਜ ਦਾ ਜਿਹੜਾ ਸੋ ਅੱਜ ਜਿਹੜਾ ਹੈ ਉਹ ਬਹੁਤ ਇੰਜੋਏ ਕਰ ਰਹੇ ਹਾਂ ਅਸੀਂ ਫਾਰਮਿੰਗ ਕਰਕੇ, ਕਿਉਂਕਿ ਬਹੁਤ ਹੀ ਮੈਨੂੰ ਸ਼ੌਂਕ ਹੈ ਫਾਰਮਿੰਗ ਦਾ ਅਤੇ ਜ਼ਮੀਨ ਦੇ ਨਾਲ ਜੁੜੇ ਰਹਿਣ ਦਾ। ਅਤੇ ਅੱਜ ਜਿਹੜਾ ਸੁਹਾਗਾ ਹੈ ਉਹ ਬਹੁਤ ਹੀ ਵਧੀਆ ਲੱਗ ਰਿਹਾ ਹੈ, ਨਾਲੇ
ਧੁੱਪ ਲੱਗ ਰਹੀ ਹੈ, ਵਿਟਾਮਿਨ ਡੀ ਦੀ ਪੂਰੀ ਹੋ ਰਹੀ ਹੈ। ਅਤੇ ਆ ਤੁਸੀਂ ਦੇਖ ਸਕਦੇ ਹੋ ਅੱਜ ਸੁਹਾਗਾ ਅਸੀਂ ਲਾ ਰਹੇ ਹਾਂ, ਟਰੈਕਟਰ ਸਟਾਰਟ ਹੈ, ਖੜ੍ਹਾ ਹੈ, ਬਹੁਤ ਹੀ ਜਿਹੜਾ ਸਿਰਾ ਹੈ ਉਹ ਸੁਹਾਗਾ ਲੱਗ ਰਿਹਾ। ਘਾਹ ਤਾਂ ਗਾਈ ਜਿਹਦੇ 'ਚ ਥੋੜ੍ਹਾ ਜਿਹਾ ਹੈਗਾ, ਪਰ ਫਿਰ ਵੀ ਮੈਂ ਕਰ ਦੂੰ ਸੈੱਟ ਇਹਨੂੰ ਤਾਂ ਬਿਲਕੁਲ। ਆਹ ਟਰੈਕਟਰ ਹੈ ਗਾਈਜ, ਖੜ੍ਹਾ ਹੈ। ਸੋ ਥੈਂਕ ਯੂ ਗਾਈਜ਼, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ।